ਪਾਪਾ ਜੀ ਪਹਿਲਾਂ ਹੱਸਦੇ ਸੀ ਪਰ ਉਹ ਜੌਲੀ ਬਹੁਤ ਸੀ। ਉਹ ਹਾਂ ਰਿਲਾਈਜ਼ ਹੋਇਆ ਕਿ ਕਿਤੇ ਨਾ ਕਿਤੇ ਜਦੋਂ ਇੱਕ ਦੋ ਡੈਥ ਦੇਖੀਆਂ ਜਾਂ ਖਬਰਾਂ ਆਈਆਂ ਤਾਂ ਡਰ ਲੱਗਦਾ ਸੀ ਯਾਰ ਵੀ ਜੇ ਪਾਪਾ ਨੂੰ ਕੁਛ ਹੋ ਗਿਆ। ਫਿਰ ਇੱਕ ਮੈਂ ਫਾਦਰ ਬਣ ਚੁੱਕਿਆ ਸੀ, ਜਦੋਂ ਤੁਸੀਂ ਪਿਓ ਬਣਦੇ ਹੋ ਨਾ ਤੁਹਾਨੂੰ ਫਿਰ ਪਿਓ ਮਾਂ ਪਿਓ ਦੀ ਵੈਲਿਊ ਪਤਾ ਲੱਗਦੀ। ਜਦੋਂ ਤੁਸੀਂ ਆਪਣੀ ਵਾਈਫ ਨੂੰ ਪੀੜਾ ਵਿੱਚ ਦੇਖਦੇ ਹੋ, ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ ਅਤੇ ਜਦੋਂ ਉਹਦੀ ਪੀੜ ਉੱਠਦੀ ਹੈ ਜਿਸ ਦਿਨ ਮਤਲਬ ਬੱਚੇ ਨੇ ਆਉਣਾ, ਤੁਹਾਨੂੰ ਉਦੋਂ ਅਹਿਸਾਸ ਹੁੰਦਾ ਕਿ ਯਾਰ ਮੇਰੀ ਮਾਂ ਨੇ ਮੇਰੇ ਲਈ ਕੀ ਝੱਲਿਆ ਸੀ, ਮੇਰੇ ਪਿਓ ਨੇ। ਫਿਰ ਜਦੋਂ ਛੋਟੇ ਸੀਰਤ ਨੂੰ ਖਿਡਾਉਣਾ, ਗੱਲ ਨਾ ਲਾਉਣਾ, ਫਿਰ ਵਾਰਸ ਆ ਗਿਆ, ਫਿਰ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ, ਫਿਰ ਸਮਝਾਉਣਾ ਯਾਰ ਪਾਪਾ ਦਾ ਗੁੱਸਾ ਜਾਇਜ਼ ਸੀਗਾ, ਪਾਪਾ ਜਿਹੜੀ ਗੱਲ ਕਹਿੰਦੇ ਸੀ ਜਾਇਜ਼ ਕਹਿੰਦੇ ਸੀ। ਫਿਰ ਫਾਦਰ ਬਣੇ ਤੋਂ ਫਾਦਰ ਦਾ ਅਹਿਸਾਸ ਹੋਇਆ ਅਤੇ ਫਿਰ ਜਾ ਕੇ ਧੂਰੀ ਪਾਪਾ ਨੂੰ ਜੱਫੀ ਪਾ ਕੇ ਕਿਹਾ ਲਵ ਯੂ। ਫਿਰ ਤਾਂ ਉਹਨਾਂ ਦੇ ਜਾਣ ਤੱਕ ਮਤਲਬ 2018 ਤੱਕ ਇਹ ਸਫ਼ਰ ਜਾਰੀ ਰਿਹਾ। ਅਤੇ ਮੈਂ ਵੀ ਆਪਣੇ ਪਿਓ ਨੂੰ 40 ਸਾਲ ਬਾਅਦ 40 ਸਾਲ ਦੀ ਉਮਰ 'ਚ ਕਿਹਾ ਸੀ, ਪਰ ਮੈਨੂੰ ਇੰਨਾ ਸਬਰ ਹੈ ਕਿ ਮੈਂ ਪਾਪਾ ਦੇ ਜਿਉਂਦੇ ਜੀ ਉਹਨਾਂ ਨੂੰ ਲਵ ਯੂ ਕਹਿ ਸਕਦਾ। ਅਤੇ ਵਧੀਆ ਤਰੀਕੇ ਨਾਲ ਸਾਡੀ ਦੋਸਤੀ ਵੀ ਰਹੀ, ਹਾਸਾ ਖੇਡਾ ਵੀ ਕਰ ਲੈਂਦੇ ਸੀ, ਮੈਂ ਮਤਲਬ ਖੁੱਲ੍ਹ ਕੇ ਮਾਸਟਰ ਜੀ ਵੀ ਕਹਾਂਗੇ ਮਾਸਟਰ ਜੀ ਆ ਜਾਓ ਆ ਜਾਓ। ਫਿਰ ਇਹ ਖੁੱਲ੍ਹ ਤਾਂ ਆਉਂਦੀ ਹੈ ਪਰ ਇੱਕ ਵਾਰ ਆਪਣੇ ਦਿਮਾਗ ਦਾ ਲੋਕ ਖੋਲ੍ਹਣਾ ਪੈਂਦਾ, ਚਾਬੀ ਆਪਣੇ ਕੋਲ। ਤੁਹਾਡੀ ਕੀ ਰਾਏ ਇਸ ਬਾਰੇ? ਮੈਂ ਲੱਕੀ ਰਿਹਾ ਇਸ ਗੱਲ ਤੋਂ, ਮੈਂ ਹਮੇਸ਼ਾ ਇੱਕ ਸਪੇਸ ਦਿੱਤੀ ਵੀ ਕਦੇ ਉਹ ਨਹੀਂ ਆਏ, ਹਮੇਸ਼ਾ ਇਹ ਕੰਫਰਟੇਬਲ ਕਰਾਈ ਰੱਖਿਆ ਵੀ ਕੋਈ ਚੱਕਰ ਨਹੀਂ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਕੁਛ ਵੀ, ਜੋ ਵੀ ਪਹਿਲਾਂ ਜਿਵੇਂ ਤੁਸੀਂ ਸੁਸਾਇਟੀ ਨਾਲ ਬਿਹੇਵ ਕਰਨਾ ਪਹਿਲਾਂ ਸਾਡੇ ਨਾਲ ਕਰੋ। ਅਤੇ ਉਹ ਸਪੇਸ ਦਿੱਤੀ ਤਾਂ ਮੇਰਾ ਤਾਂ ਬਹੁਤ ਵਧੀਆ, ਮੇਰੇ ਬਹੁਤ ਵਧੀਆ ਪੇਰੈਂਟਸ ਨੂੰ ਮੈਂ ਬਲੈਸਡ ਹਾਂ। ਸੋਚ ਪੱਖੋਂ ਵੀ ਸਾਡੀ ਸੋਚ ਦੀ ਟੋਨਿੰਗ ਆਪਸ ਇਹਦੇ ਤਾਂ ਦਾਦੇ ਨਾਲ ਬਹੁਤ ਟਿਊਨਿੰਗ ਆ, ਆਪਣੇ ਪਾਪਾ ਨਾਲੋਂ ਨਾ, ਬਾਪੂ ਦਾ ਤਾਂ ਦਾਦਾ ਦਾ ਇਹਦਾ ਆੜੀ ਹੈ। ਅਤੇ ਉਹ ਫਿਰ ਘਰਦੇ ਨੇ ਮੈਂ ਉਹ ਸਿਖਾਈ ਗੱਲ ਕਿ ਪੇਰੈਂਟਸ ਨੂੰ ਪੇਰੈਂਟਸ ਨਹੀਂ ਫਰੈਂਡਸ ਸਮਝਣਾ, ਜੇ ਉਹਨਾਂ ਨੂੰ ਫਰੈਂਡਸ ਸਮਝਾਂਗੇ ਉਹਨਾਂ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਾਂਗੇ ਤਾਂ ਬਹੁਤ। ਮੈਂ ਦੇਖਦਾ ਮੇਰੇ ਨਾਲ ਜਿਹੜੇ ਮੇਰੇ ਦੋਸਤ ਨੇ ਮੈਮ ਉਹਨਾਂ ਦੇ ਸੁਭਾਅ 'ਤੇ ਕੀ ਇਫੈਕਟ ਪੈਂਦਾ ਮੈਮ, ਆਪਾਂ ਆਮ ਹੀ ਦੇਖਦੇ ਹਾਂ ਵੀ ਉਹਨਾਂ ਦੇ ਕਿਸੇ ਪੇਰੈਂਟਸ ਦੇ ਕਿਸੇ ਇੱਕ ਪੇਰੈਂਟ ਦਾ ਜਾਂ ਫਾਦਰ ਦਾ ਜਾਂ ਮਦਰ ਦੇ ਕਿਸੇ ਸੁਭਾਅ ਕਰਕੇ ਜਾਂ ਡੈਡੀ ਦੇ ਓਵਰ ਸਟ੍ਰਿਕਟ ਹੋਣ ਕਰਕੇ ਉਹ ਬੱਚਾ ਭਾਵੇਂ ਖੁੱਲ੍ਹੇ ਸੁਭਾਅ ਦਾ ਪਰ ਕਿਵੇਂ ਰਿਸਟ੍ਰਿਕਟਡ ਰਹਿੰਦਾ, ਕਿਵੇਂ ਬੰਨ੍ਹਿਆ ਰਹਿੰਦਾ ਵਾ ਵੀ ਕਿਸੇ ਚੀਜ਼ 'ਚ ਖੁੱਲ੍ਹਦਾ ਨਹੀਂ, ਓਪਨ ਅਪ ਨਹੀਂ ਹੁੰਦਾ। ਸੋ ਸਾਡੀ ਵੈਸੇ ਤਾਂ ਭਾਅ ਜੀ ਨੇ ਸਾਰੇ ਐਂਗਲ ਕਵਰ ਕਰ ਹੀ ਦਿੱਤੇ, ਮੈਂ ਹੁਣ ਉਹਦੇ ਤਾਂ ਜ਼ਿਆਦਾ ਕੁਛ ਐਡ ਕਰੂੰਗਾ ਨਹੀਂ, ਬਟ ਸਾਡੀ ਜੇ ਫਿਲਮ ਦੇ ਮੈਂ ਕੰਟੈਕਸਟ ਦੇ ਵਿੱਚ ਇਸ ਚੀਜ਼ ਦੀ ਗੱਲ ਕਰਾਂ, ਇਹ ਜਿਹੜੀਆਂ ਚੀਜ਼ਾਂ ਭਾਅ ਜੀ ਨੇ ਉਹਨੇ ਡਿਸਕਸ ਕੀਤੀਆਂ ਜਾਂ ਮੈਂ ਬੋਲੀਆਂ, ਇਹੀ ਚੀਜ਼ਾਂ ਨੂੰ ਕੁਸ਼ਚਨ ਕਰਦੇ ਸਾਡੇ ਕੋਲੋਂ, ਇਹੀ ਚੀਜ਼ਾਂ ਨੂੰ ਮੂਹਰੇ ਲੈ ਕੇ ਆਉਂਦੀਆਂ ਵੀ ਕਿਵੇਂ ਪੇਰੈਂਟਿੰਗ ਦਾ ਜਾਂ ਪੇਰੈਂਟਸ ਦਾ ਸੁਭਾਅ ਇਫੈਕਟ ਕਰਦਾ ਬੱਚਿਆਂ ਦੇ ਮਾਨਸਿਕਤਾ ਨੂੰ ਅਤੇ ਉਹਨਾਂ ਦੇ ਆਉਣ ਵਾਲੇ ਫਿਊਚਰ ਨੂੰ ਵੀ ਅਤੇ ਸੁਭਾਅ ਨੂੰ ਵੀ, ਅਤੇ ਉਹ ਕੀ 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 ਮਤਲਬ ਚੇਂਜਸ 'ਚੋਂ ਗੁਜ਼ਰਦੇ ਨੇ ਅਤੇ ਕਿਵੇਂ ਜੇ ਇੱਕ ਪੁਆਇੰਟ ਤੱਕ ਉਹਨਾਂ ਨੂੰ ਇੱਕੋ ਚੀਜ਼ ਸਿਖਾਈ ਜਾਵੇ ਚਾਹੇ ਉਹ ਗਲਤ ਹੋਵੇ ਚਾਹੇ ਸਹੀ, ਉਹ ਫਿਰ ਇੱਕ ਇੱਕ ਸਟੇਜ ਆਉਂਦੀ ਆ ਆਪਣੀ ਏਜ ਦੇ, ਜਿਵੇਂ ਹੁਣ ਆਪਣੀ ਏਜ ਕੈਟੇਗਰੀ ਆ ਵੀ ਉਹ ਬੰਦੇ ਦਾ ਸੁਭਾਅ ਪੱਕਾ ਹੋ ਜਾਂਦਾ, ਫਿਰ ਉਹਨੂੰ ਪਤਾ ਵੀ ਹੁੰਦਾ ਵੀ ਮੈਂ ਗਲਤ ਹਾਂ ਪਰ ਉਹ ਚੇਂਜ ਨਹੀਂ ਕਰ ਸਕਦਾ। ਜਿਵੇਂ ਆਪਾਂ ਨੂੰ ਤੁਹਾਨੂੰ ਵੀ ਕਦੇ ਐਕਸਪੀਰੀਅੰਸ ਹੋਇਆ ਹੋਣਾ ਪੜ੍ਹਦੇ ਹੋਏ ਯੂਨੀਵਰਸਿਟੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ, ਆਪਾਂ ਨਾ ਬੜੀ ਛੇਤੀ ਫੈਸਲਾ ਦੇ ਦਿੰਦੇ ਹਾਂ, ਜੱਜਮੈਂਟਲ ਬਹੁਤ ਛੇਤੀ ਹੋ ਜਾਂਦੇ ਹਾਂ। ਕੋਈ ਬੱਚਾ ਹੱਸਦਾ ਖੇਡਦਾ ਨਹੀਂ ਹੁੰਦਾ, ਨਾ ਕੁੜੀਆਂ ਨਾਲ ਬੈਠਦਾ ਨਾ ਮੁੰਡਿਆਂ ਨਾਲ ਬੈਠਦਾ, ਜੇ ਕੋਈ ਕੁੜੀ ਉਹਨੂੰ ਪ੍ਰਪੋਜ਼ ਵੀ ਕਰਦੀ ਹੈ ਤਾਂ ਉਹ ਧਿਆਨ ਨਹੀਂ ਦਿੰਦਾ, ਜੇ ਕੋਈ ਮੁੰਡੇ ਖੇਡਣ ਕੁੱਦਣ ਨੂੰ ਕਹਿੰਦੇ ਨੇ ਫਨ ਕਰਨ ਨੂੰ ਕਹਿੰਦੇ ਨੇ ਤਾਂ ਹਾਮੀ ਨਹੀਂ ਭਰਦਾ। ਫਿਰ ਆਪਾਂ ਇੱਕ ਫੈਸਲਾ ਸੁਣਾ ਦਿੰਦੇ ਹਾਂ ਵੀ ਇਹ ਤਾਂ ਯਾਰ ਇਹੋ ਜਿਹੀ ਹੈ, ਇਹ ਤਾਂ ਬੁੱਕ ਹੈ, ਇਹ ਤਾਂ ਨੀਰਸ ਹੈ, ਇਹ ਤਾਂ ਨਾ ਮਤਲਬ ਬਹੁਤ ਜ਼ਿਆਦਾ ਨੈਰੋ ਮਾਈਂਡਡ ਹੈ, ਇਹ ਤਾਂ ਇਹਨੂੰ ਤਾਂ ਪਿਆਰ ਮੁਹੱਬਤ ਦਾ ਪਤਾ ਨਹੀਂ, ਤਾਂ ਰੁੱਖ ਹੈ, ਅਸੀਂ ਫੈਸਲਾ ਸੁਣਾ ਦਿੰਦੇ ਪਰ ਸਾਨੂੰ ਬਿਹਾਈਂਡ ਦਾ ਸੀਨ ਨਹੀਂ ਪਤਾ ਉਹ ਇਹੋ ਜਿਹਾ ਹੈ ਕਿਉਂ, ਕਿਸੇ ਦਾ ਜੀ ਕਰਦਾ ਹੁੰਦਾ ਇੱਦਾਂ, ਉਹ ਕਿਤੇ ਨਾ ਕਿਸੇ ਨਾਲ ਹਾਲਾਤ ਕਰਕੇ ਹੋਇਆ ਹੋਊਗਾ। ਸੋ ਸਾਡੇ ਕਰੈਕਟਰ ਇਹੋ ਜਿਹੇ